ਨਾਭਾ ਵਿਖੇ ਪਹੁੰਚੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀ ਲੈਂਦਿਆਂ ਇੱਕ ਤੋਂ ਬਾਅਦ ਇੱਕ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਸਾਨੂੰ ਬੜੀ ਹੈਰਾਨੀ ਹੋਈ ਜਦੋਂ ਕੈਪਟਨ ਨੇ ਕਿਹਾ ਕਿ ਅਸੀਂ ਸਮਾਰਟ ਫੋਨ ਨਹੀਂ ਦੇ ਸਕਦੇ ਕਿਉਂਕਿ ਚਾਈਨਾ 'ਚ ਕੋਰੋਨਾ ਵਾਇਰਸ ਆ ਗਿਆ। ਉੱਥੇ ਹੀ ਉਹਨਾਂ ਨੇ ਡੀ ਜੀ ਪੀ ਦੇ ਬਿਆਨ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਉਹਨਾਂ ਨੇ ਡੀ ਜੀ ਪੀ ਦੇ ਇਸ ਬਿਆਨ ਨੂੰ ਸਾਜਿਸ਼ ਕਰਾਰ ਦਿੱਤਾ। ਬੜੀ ਹਾਸੋਹੀਣੀ ਸਥਿਤੀ ਪੈਦਾ ਕੀਤੀ ਜਦੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਵੀ ਮੈਂ ਸਮਾਰਟਫੋਨ ਤਾਂ ਦੇ ਦੇਣੇ ਸੀ ਪਰ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਆ ਗਿਆ ਇਸ ਕਰਕੇ ਸਮਾਰਟਫੋਨ ਹੁਣ ਆਪਾਂ ਬਾਜ਼ਾਰ 'ਚੋਂ ਮਾਰਕੀਟ 'ਚੋਂ ਲੈਣ ਚਲੇ ਜਾਈਏ ਕਿਤੇ ਸ਼ੋਰਟੇਜ ਨਹੀਂ ਹੈਗੀ। ਇਹ ਥੋੜ੍ਹੀ ਵੀ ਇਕੱਲਾ ਕੋਈ ਚਾਈਨਾ ਹੀ ਸਮਾਰਟਫੋਨ, ਅਸਲ ਦੇ ਵਿੱਚ ਬੱਕਰੇ ਕੀ ਮਾਂ ਕਬ ਤੱਕ ਖੈਰ ਮਨਾਏਗੀ। ਹੁਣ 3 ਸਾਲ ਲੰਘ ਗਏ, 2 ਰਹਿ ਗਏ, ਵੀ ਲੋਕ ਹਿਸਾਬ ਕਿਤਾਬ ਪੁੱਛਦੇ ਆ, ਫਰਜ਼ ਆ ਲੋਕਾਂ ਦਾ, ਅਧਿਕਾਰ ਆ ਕਾਨੂੰਨ ਉਹਨਾਂ ਕੋਲ, ਉਹ ਪੁੱਛਣਗੇ। ਔਰ ਕੈਪਟਨ ਅਮਰਿੰਦਰ ਸਿੰਘ ਅੱਬਲ ਦਰਜੇ ਦਾ ਝੂਠ ਬੋਲਦੇ ਆ, ਕਿਸੇ ਅਫਸਰ ਨੂੰ, ਡੀ ਜੀ ਪੀ ਦਿਨਕਰ ਗੁਪਤਾ ਸਮੇਤ ਕਿਸੇ ਅਫਸਰ ਨੂੰ ਕੀ ਅਧਿਕਾਰ ਹੈਗਾ ਵੀ ਉਹ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰ ਜੇ। ਅਸੀਂ ਬੜਾ ਇਨਸਿਸਟ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹਨੂੰ ਤੁਰੰਤ ਚਲਦਾ ਕਰਕੇ ਅਤੇ ਐੱਫ ਆਈ ਆਰ ਦਰਜ ਕਰੋ ਤਾਂ ਜੋ ਬਾਕੀ ਦੀ ਅਫਸਰਸ਼ਾਹੀ ਨੂੰ ਕੰਨ ਹੋ ਜਾਣ। ਅਤੇ ਕੈਪਟਨ ਅਮਰਿੰਦਰ ਸਿੰਘ ਹੈਰਾਨਗੀ ਦੀ ਹੱਦ, ਕਹਿੰਦੇ ਜਿਹੜਾ ਕਰਤਾਰਪੁਰ ਕੋਰੀਡੋਰ ਉਹ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਊਗਾ। ਚੌਂਕ ਗਏ ਜਦੋਂ ਅਸੀਂ ਇਹ ਗੱਲ ਸੁਣੀ ਉਹਨਾਂ ਦੀ। ਮੇਰੇ ਸਮੇਤ ਅਪੋਜੀਸ਼ਨ ਦੇ ਵਿੱਚ ਬੈਠੇ ਸਾਰੇ MLA ਜਿੰਨੀਆਂ ਧਾਰਮਿਕ ਸੰਪਰਦਾਵਾਂ, ਕਿਸੇ ਨੇ, ਕਿਸੇ ਧਾਰਮਿਕ ਸੰਤ ਮਹਾਂਪੁਰਸ਼ ਨੇ ਇਹ ਆਸ਼ੰਕਾ ਜ਼ਾਹਰ ਨਹੀਂ ਕੀਤੀ ਵੀ ਰਸਤਾ ਬੰਦ ਕਰ ਰਹੇ ਹੋ, ਇਹ ਆ ਪ੍ਰੀ ਪਲੈਨਡ ਸਾਜਿਸ਼। ਉੱਥੇ ਸਿਮਰਜੀਤ ਬੈਂਸ ਨੇ ਬਾਦਲ ਪਰਿਵਾਰ ਨੂੰ ਵੀ ਆੜੇ ਹੱਥੀ ਲਿਆ ਅਤੇ ਜੰਮ ਕੇ ਉਹਨਾਂ 'ਤੇ ਨਿਸ਼ਾਨੇ ਸਾਧੇ। ਇਹ ਕਿਹੜੇ ਅਕਾਲੀਆਂ ਦੀ ਤੁਸੀਂ ਗੱਲ ਕਰਦੇ ਹੋ? ਇਹ ਲੂਟ ਕੰਪਨੀ ਸੁਖਵੀਰ ਸੈਨਾ ਅਕਾਲੀ ਦਲ ਦਾ ਤਾਂ ਨਾਮ ਬੱਦੂ ਕਰਦੇ। ਅਕਾਲੀ ਦਲ ਤਾਂ ਉਹ ਸੀ ਜਿਹਨੇ ਸਾਡਾ ਦੇਸ਼ ਯਾਦ ਕਰਾ ਕੇ, ਮਹੰਤਾਂ ਤੋਂ, ਮਸੰਦਾਂ ਤੋਂ ਗੁਰੂ ਘਰ ਯਾਦ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਤੀ, ਉਹ ਸੀ ਸਾਡੇ ਪੁਰਖਿਆਂ ਦਾ ਅਕਾਲੀ ਦਲ। ਇਹਨਾਂ ਨੇ ਤਾਂ ਬਦਨਾਮ ਕਰਤਾ ਅਕਾਲੀ ਦਲ ਨੂੰ ਇਸ ਟੱਬਰ ਨੇ। ਜਿਹੜੀ ਇਹ ਪ੍ਰਾਈਵੇਟ ਲੂਟ ਕੰਪਨੀ ਬਣ ਗਈ ਸੁਖਵੀਰ ਸੈਨਾ, ਜਿਹਨੇ ਅਕਾਲੀ ਦਲ ਦਾ ਨਾਮ ਡੀਫੇਮ ਕਰਤਾ। ਢੀਂਡਸਾ ਸਾਹਿਬ ਦਾ ਸਬਜੈਕਟ ਅਸੀਂ ਸਪੋਰਟ ਕੀਤਾ ਵੀ ਇਹ ਹੋਣਾ ਚਾਹੀਦਾ। ਅਕਾਲੀ ਦਲ ਕਿਸੇ ਦੇ ਬਾਪ ਦੀ ਜਗੀਰ ਨਹੀਂ, ਇਹ ਬਾਦਲਾਂ ਦੇ ਕੋਈ ਜੱਦੀ ਪੁਸ਼ਤੀ ਪਾਰਟੀ ਨਹੀਂ ਬਾਦਲਾਂ ਦੀ ਹੈਗੀ, ਇਹ ਆਜ਼ਾਦ ਹੋਣੀ ਚਾਹੀਦੀ ਹੈ। ਅਤੇ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਟੱਬਰ ਦੀ ਇੱਕ ਏਜੰਸੀ ਵਜੋਂ ਵਰਤ ਰਿਹਾ, ਸੰਗਤ ਦਾ ਰੁਪਿਆ ਚੜਾਇਆ ਹੋਇਆ, ਸ਼ਰਧਾ ਦੇ ਨਾਲ ਦਾਨ ਰਾਜਨੀਤਿਕ ਕੁੱਤੇ ਕਾਰਜਾਂ ਵਾਸਤੇ ਖਰਚ ਰਹੇ ਹੈ। ਸੋ ਨਾਭਾ ਪਹੁੰਚੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜੰਮ ਕੇ ਕਾਂਗਰਸ ਤੇ ਅਕਾਲੀ ਦਲ ਤੇ ਆਪਣੀ ਭੜਾਸ ਕੱਢੀ। ਨਾਭਾ ਤੋਂ ਭੁਪਿੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ।